ਰੂਪਨਗਰ ਪੁਲਿਸ ਵੱਲੋਂ ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਸ਼ਰਧਾਂਜਲੀ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਅਤੇ ਆਮ ਲੋਕਾਂ ਸਮੇਤ ਥਾਣਾ ਸਿਟੀ ਰੂਪਨਗਰ ਥਾਣਾ ਸਦਰ ਪੁਲਿਸ ਸਟੇਸ਼ਨ ਦੇ ਸਮੂਹ ਮੁਲਾਜ਼ਮ ਸ਼ਾਮਲ ਹੋਏ। ਇਹ ਕੈਂਡਲ ਮਾਰਚ ਬੇਲਾ ਚੌਂਕ ਤੋਂ ਸ਼ੁਰੂ ਹੋ ਕੇ ਬੇਲਾ ਚੌਂਕ ਵਿੱਚ ਹੀ ਖਤਮ ਹੋਇਆ। ਅੱਤਵਾਦ ਦੇ ਟਾਈਮ ਜਿਸ ਵਕਤ ਇੱਕ ਲਹਿਰ ਚੱਲੀ ਸੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਜਾ ਕੇ ਬਾਹਰ ਸੁਰੱਖਿਅਤ ਨਹੀਂ ਸੀ, ਕਿਸੇ ਬਾਰੇ ਨਹੀਂ ਸੀ ਇਹ ਹੁੰਦਾ ਕਿ ਇਹ ਜਿਹੜਾ ਡਿਊਟੀ 'ਤੇ ਗਿਆ ਸ਼ਾਮ ਨੂੰ ਵਾਪਸ ਆਏਗਾ ਜਾਂ ਨਹੀਂ ਆਏਗਾ। ਉਸ ਸਮੇਂ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਇੱਕ ਵਧੀਆ ਸ਼ਾਂਤੀਪੂਰਵਕ ਮਾਹੌਲ ਦਿੱਤਾ, ਜਿਸ ਦੇ ਵਿੱਚ ਅਸੀਂ ਅੱਜ ਬੜੇ ਆਰਾਮ ਨਾਲ ਜੀ ਵੀ ਰਹੇ ਹਾਂ। ਸਾਡੇ ਭੈਣ ਭਰਾ, ਸਾਡੇ ਬੱਚੇ, ਸਾਡੀਆਂ ਬੇਟੀਆਂ, ਸਾਡੀਆਂ ਮਾਵਾਂ ਸਭ ਸੁਰੱਖਿਅਤ ਨੇ। ਰਾਤ ਦੇ ਸਮੇਂ ਵੀ ਕੋਈ ਕਿਸੇ ਪਾਸੇ ਵੀ ਸਫ਼ਰ ਕਰ ਸਕਦਾ ਹੈ। ਕੋਈ ਸਮਾਂ ਸੀ 5 ਵਜੇ ਤੋਂ ਬਾਅਦ ਬਾਜ਼ਾਰਾਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਹੋ ਜਾਂਦਾ ਸੀ ਜਿਸ ਵਿੱਚ ਇੰਝ ਲੱਗਦਾ ਸੀ ਕਿ ਕਰਫਿਊ ਲੱਗ ਗਿਆ। ਉਸ ਸਮੇਂ ਸਾਡੇ ਇਹਨਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਇਹ ਵਧੀਆ ਮਾਹੌਲ ਦਿੱਤਾ। ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇਹ ਫੰਕਸ਼ਨ ਕੈਂਡਲ ਮਾਰਚ ਕੱਢਿਆ ਗਿਆ। ਉਹਨਾਂ ਦੇ ਜਵਾਨਾਂ ਵੱਲੋਂ ਸਾਡੇ ਦੇਸ਼ ਦੇ ਲਈ ਕੰਮ ਕਰਦੇ ਹੋਏ ਜਿੰਨੀਆਂ ਵੀ ਸ਼ਹਾਦਤਾਂ ਦਿੱਤੀਆਂ ਗਈਆਂ, ਉਹਨਾਂ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ 21 ਅਕਤੂਬਰ ਦਾ ਜਿਹੜਾ ਦਿਨ ਆ ਪੂਰੇ ਮੁਲਕ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ। ਇਸ 21 ਅਕਤੂਬਰ ਨੂੰ ਪਹਿਲਾਂ ਸਾਡੇ ਪੂਰੇ ਪੰਜਾਬ ਰਾਜ ਦੇ ਵਿੱਚ ਸਾਡੇ DGP ਸਾਹਿਬ, ਸਾਡੇ ਚੀਫ ਮਿਨਿਸਟਰ ਸਾਹਿਬ, ਸਾਡੇ SSP ਸਾਹਿਬ ਦੇ ਹੁਕਮ ਅਨੁਸਾਰ ਅਸੀਂ ਉਹਨਾਂ ਦੀ ਯਾਦ ਨੂੰ ਲੰਬਾ ਲੈਂਦੇ ਹੋਏ ਇਹ ਅਸੀਂ ਉਹਨਾਂ ਦੇ ਪੂਰਾ 20 ਦਿਨ ਤੋਂ ਪ੍ਰੋਗਰਾਮ ਕਰ ਰਹੇ ਹਾਂ। ਪਹਿਲਾਂ ਅਸੀਂ ਉਹਨਾਂ ਦੇ ਘਰਾਂ 'ਚ ਗਏ ਹਾਂ, ਫਿਰ ਅਸੀਂ ਉਹਨਾਂ ਸ਼ਹੀਦਾਂ ਦੇ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰੇ ਆ, ਫਿਰ ਅਸੀਂ ਉਹਨਾਂ ਦਾ ਅਸੀਂ ਅਖਬਾਰਾਂ ਦੇ ਵਿੱਚ ਵੀ ਅਸੀਂ ਪ੍ਰਚਾਰ ਕਰਾਇਆ। ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਕੈਂਡਲ ਜਿਹੜਾ ਮਾਰਚ ਆ ਰੋਪੜ ਸ਼ਹਿਰ ਦੇ ਵਿੱਚ ਬੇਲਾ ਚੌਂਕ ਕਰਨ ਲੱਗੇ ਹਾਂ। ਇਹ ਸਾਰੇ ਕੰਮ ਅਸੀਂ ਸ਼ਹੀਦਾਂ ਨੂੰ ਸਮਰਪਿਤ ਕਰ ਰਹੇ ਹਾਂ ਤਾਂ ਜੋ ਇਹ ਸਾਡੇ ਸ਼ਹੀਦ ਜਿਹੜੇ ਯਾਦ ਇਹਨਾਂ ਦੀ ਅਮਰ ਰਹੇ। ਰੂਪਨਗਰ ਤੋਂ ਜ਼ੀਰੋ ਲਾਈਨ ਨਿਊਜ਼ ਲਈ ਸੱਜਣ ਸੈਣੀ ਦੀ ਰਿਪੋਰਟ।